ਦਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਜਿੱਦਾਂ ਕਿ ਅਸੀਂ ਤੁਹਾਨੂੰ ਵੱਖ ਵੱਖ ਗੁਰਦੁਆਰਾ ਸਾਹਿਬ ਦਾ ਇਤਿਹਾਸ ਦਿਖਾਉਣ ਦਾ ਯਤਨ ਕਰਦੇ ਹਾਂ, ਅੱਜ ਅਸੀਂ ਇੱਕ ਵੱਖਰਾ ਇਤਿਹਾਸ ਦੇ ਵਿੱਚ ਜਿਹੜਾ ਗੁਰਦੁਆਰਾ ਸਾਹਿਬ ਆ ਪਜੋਖੜਾ ਸਾਹਿਬ ਜੋ ਕਿ ਅੰਬਾਲੇ ਜ਼ਿਲ੍ਹੇ ਦੇ ਵਿੱਚ ਪੈਂਦਾ, ਜਿੱਥੇ ਦੀ ਮਾਨਤਾ ਬਹੁਤ ਵੱਡੀ ਹੈ ਅਤੇ ਆਪਾਂ ਇੱਥੋਂ ਦੇ ਜਿਹੜੇ ਗ੍ਰੰਥ ਹੈੱਡ ਗ੍ਰੰਥੀ ਆ ਬੂਟਾ ਸਿੰਘ ਜੀ ਆਪਾਂ ਉਹਨਾਂ ਨਾਲ ਗੱਲਬਾਤ ਕਰਦੇ ਹਾਂ ਵੀ ਕੀ ਇਤਿਹਾਸ ਆ ਉਹ ਆਪਣੀ ਜ਼ਬਾਨੀ ਦੱਸੋ। ਗੁਰੂ ਜੀ ਕੀ ਫਤਿਹ। ਪਰਮ ਸਨਮਾਨਯੋਗ ਗੁਰੂ ਸਵਾਰੀ ਸਾਹਿਬ ਸੰਗਤ, ਇਹ ਪਾਵਨ ਪਵਿੱਤਰ ਅਸਥਾਨ ਗੁਰਦੁਆਰਾ ਸ਼੍ਰੀ ਪੰਜੋਖੜਾ ਸਾਹਿਬ ਹੈ। ਇਸ ਅਸਥਾਨ 'ਤੇ ਬਾਲਾ ਪ੍ਰੀਤਮ ਸਾਹਿਬ ਸ੍ਰੀ ਗੁਰੂ ਹਰਕ੍ਰਿਸ਼ਨ ਸਾਹਿਬ ਮਹਾਰਾਜ ਜੀ 1720 ਸੰਮਤ 789 ਮਾਘ ਸੁਦੀ ਨੂੰ ਕੀਰਤਪੁਰ ਸਾਹਿਬ ਤੋਂ ਚੱਲ ਕਰਕੇ ਦਿੱਲੀ ਨੂੰ ਜਾਂਦਿਆਂ ਸਮੇਂ ਸਤਿਗੁਰੂ ਜੀ ਇਸ ਨਗਰ ਪੰਜੋਖੜਾ ਸਾਹਿਬ ਵਿਖੇ 3 ਦਿਨ ਠਹਿਰੇ ਸਨ। ਇਸ ਸਮੇਂ ਸਤਿਗੁਰੂ ਪਾਤਸ਼ਾਹ ਮਹਾਰਾਜ ਇੱਥੇ ਬਿਰਾਜੇ ਹੋਏ ਸਨ। ਦੂਰ ਦਰੇਡਿਆਂ ਤੋਂ ਸੰਗਤਾਂ ਉਹਨਾਂ ਦੇ ਦਰਸ਼ਨ ਕਰਨ ਵਾਸਤੇ ਆ ਰਹੀਆਂ ਸਨ। ਬਹੁਤ ਵੱਡਾ ਇਕੱਠ ਹੋ ਗਿਆ, ਜਿਸੋਂ ਬਹੁਤ ਵੱਡਾ ਇਕੱਠ ਹੋਇਆ ਅਤੇ ਇਸ ਨਗਰ ਦਾ ਵਸਨੀਕ ਲਾਲ ਚੰਦ ਪੰਡਿਤ ਜੋ ਵਿੱਦਿਆ ਕਰਕੇ ਬਹੁਤ ਵਿਦਵਾਨ ਸੀ, ਤਾਂ ਉਸ ਨੇ ਦੇਖਿਆ ਕਿ ਸਾਡੇ ਨਗਰ ਵਿੱਚ ਅੱਜ ਬਹੁਤ ਰੌਣਕ ਹੈ, ਬਹੁਤ ਲੋਕ ਆ ਰਹੇ ਹਨ। ਤਾਂ ਪੁੱਛਣਾ ਕੀਤਾ ਕਿ ਅੱਜ ਆਪਣੇ ਨਗਰ ਵਿੱਚ ਰੌਣਕ ਬਹੁਤ ਹੈ, ਕੀ ਗੱਲ ਹੈ, ਕੀ ਕਾਰਨ ਹੈ? ਤਾਂ ਸੰਗਤਾਂ ਨੇ ਦੱਸਣਾ ਕੀਤਾ ਕਿ ਇੱਥੇ ਸਾਹਿਬ ਸ੍ਰੀ ਗੁਰੂ ਹਰਕ੍ਰਿਸ਼ਨ ਸਾਹਿਬ ਮਹਾਰਾਜ ਜੀ ਆਏ ਨੇ ਅਤੇ ਉਹ ਛੋਟੀ ਅਵਸਥਾ ਦੇ ਨੇ, ਅਤੇ ਜਦੋਂ ਉਹਨੇ ਆਪ ਆਣ ਕੇ ਦੇਖਣਾ ਕੀਤਾ ਕਿ ਛੋਟਾ ਜਿਹਾ ਬਾਲਕ ਗੁਰੂ ਅਤੇ ਸੰਗਤਾਂ ਉਹਨਾਂ ਦੇ ਚਰਨਾਂ 'ਤੇ ਮੱਥਾ ਟੇਕ ਰਹੀਆਂ ਨੇ, ਤਾਂ ਉਸ ਨੇ ਸਤਿਗੁਰਾਂ ਦੇ ਉੱਪਰ ਜੀਵਨ ਉੱਪਰ ਕਿੰਤੂ ਕੀਤਾ ਕਿ ਛੋਟਾ ਜਿਹਾ ਬਾਲਕ ਗੁਰੂ ਨਹੀਂ ਹੋ ਸਕਦਾ। ਇਸ ਲਈ ਸਭਨਾ ਦੇ ਵਿਚਾਰ ਸੁਣਨ ਦੇ ਬਾਅਦ ਕਹਿਣ ਲੱਗਾ ਕਿ ਕੀ ਮੇਰੇ ਸਵਾਲਾਂ ਦਾ ਜਵਾਬ ਇਹ ਗੀਤਾ ਦੇ ਅਰਥ ਕਰ ਸਕਦੇ ਹੈ? ਤਾਂ ਸਤਿਗੁਰੂ ਪਾਤਸ਼ਾਹ ਮਹਾਰਾਜ ਦੇ ਸਿੱਖਾਂ ਨੇ ਜਾ ਕੇ ਸਤਿਗੁਰੂ ਨੂੰ ਦੱਸਿਆ, ਸਤਿਗੁਰੂ ਜੀ ਇਸ ਨਗਰ ਦਾ ਵਸਨੀਕ ਲਾਲ ਚੰਦ ਪੰਡਿਤ ਜੋ ਆਪ ਜੀ 'ਤੇ ਸ਼ੰਕਾ ਕਰਦਾ ਹੈ ਕਿ ਛੋਟਾ ਜਿਹਾ ਬਾਲਕ ਗੁਰੂ ਨਹੀਂ ਹੋ ਸਕਦਾ, ਕੀ ਉਹ ਸਾਡੇ ਦੁਆਰਾ ਕੀਤੇ ਸਵਾਲ 'ਤੇ ਭਗਵਤ ਗੀਤਾ ਦੇ ਅਰਥ ਕਰ ਸਕਦੇ ਹਨ? ਤਾਂ ਸਤਿਗੁਰ ਪਾਤਸ਼ਾਹ ਮਹਾਰਾਜ ਕਹਿਣ ਲੱਗੇ, ਜਾਓ ਭਾਈ ਸਿੱਖੋ, ਉਸ ਪੰਡਿਤ ਨੂੰ ਸਾਡੇ ਪਾਸ ਲੈ ਕੇ ਆਓ। ਸਤਿਗੁਰੂ ਦੇ ਪਿਆਰੇ ਸਿੱਖ ਜਾ ਕੇ ਉਸ ਪੰਡਿਤ ਨੂੰ ਬੁਲਾ ਕੇ ਲਿਆਏ ਅਤੇ ਸਤਿਗੁਰਾਂ ਦੀ ਸਨਮੁਖ ਕੀਤਾ। ਸਤਿਗੁਰੂ ਜੀ ਕਹਿਣ ਲੱਗੇ, ਹਾਂ ਭਾਈ ਬੋਲ, ਕੀ ਕਹਿੰਦੇ ਹੋ? ਤਾਂ ਕਹਿਣ ਲੱਗਾ, ਮਹਾਰਾਜ ਤੁਸੀਂ ਆਪਣੇ ਆਪ ਨੂੰ ਗੁਰੂ ਗਵਾ ਰਹੇ ਹੋ। ਦੁਆਪਰ ਦੇ ਵਿੱਚ ਕ੍ਰਿਸ਼ਨ ਅਵਤਾਰ ਹੋਏ ਨੇ, ਉਹਨਾਂ ਨੂੰ ਸਾਰੇ ਲੋਕ ਕ੍ਰਿਸ਼ਨ ਭਗਵਾਨ ਕਹਿੰਦੇ ਨੇ, ਪਰ ਤੁਸੀਂ ਉਹਨਾਂ ਤੋਂ ਵੱਡਾ ਨਾਮ ਸਾਹਿਬ ਸ੍ਰੀ ਗੁਰੂ ਹਰਕ੍ਰਿਸ਼ਨ ਕਹਿਲਾਉਂਦੇ ਹੋ। ਕਿ ਉਹਨਾਂ ਦੇ ਦੁਆਰਾ ਕੀਤੇ ਭਗਵਤ ਗੀਤਾ ਅਤੇ ਉਹਨਾਂ ਦੇ ਦੁਆਰਾ ਰਚਨਾ ਕੀਤੀ ਹੋਈ ਭਗਵਤ ਗੀਤਾ, ਕਿ ਉਹਨਾਂ ਦੇ ਤੁਸੀਂ ਅਰਥ ਕਰ ਸਕਦੇ ਹੋ ਅਤੇ ਮੇਰੇ ਸਵਾਲਾਂ ਦਾ ਜਵਾਬ ਦੇ ਸਕਦੇ ਹੋ? ਸਤਿਗੁਰੂ ਜੀ ਕਹਿਣ ਲੱਗੇ, ਹਾਂ ਤੇਰੇ ਹਰ ਸਵਾਲ ਦਾ ਜਵਾਬ ਗੀਤਾ ਦੇ ਅਰਥ ਕਰ ਸਕਦੇ ਹਾਂ ਪੰਡਾ ਜੀ, ਪਰ ਤੇਰੇ ਮਨ ਦਾ ਸ਼ੰਕਾ ਨਿਵਰਤ ਨਹੀਂ ਹੋਵੇਗਾ, ਕਾਰਨ ਗੁਰੂ ਪੜਪੋਤਰੇ ਗੁਰੂ ਪੁੱਤਰ ਅਤੇ ਖੁਦ ਹੁਣ ਗੁਰੂ ਨੇ। ਇਸ ਲਈ ਤੁਸੀਂ ਕਿਸੇ ਵਿਦਵਾਨ ਨੂੰ ਰੱਖ ਕੇ ਸਿੱਖ ਲਿਆਵੇਗਾ, ਸੁਣ ਲਿਆਵੇਗਾ ਅਤੇ ਤਾਂ ਮੇਰੇ ਸਵਾਲਾਂ ਦਾ ਜਵਾਬ ਦਿੱਤਾ। ਪੰਡਿਤ ਜੀ ਐਸਾ ਕਰੋ ਕਿ ਤੁਸੀਂ ਆਪਣੀ ਬੁੱਧ ਅਨੁਸਾਰ ਆਪਣੇ ਨਗਰ ਦੇ ਵਿੱਚੋਂ ਆਪਣੇ ਇਲਾਕੇ ਦੇ ਵਿੱਚੋਂ ਕਿਸੇ ਵੀ ਮਨੁੱਖ ਨੂੰ ਲੈ ਆਵੋ, ਉਸਦੇ ਪਾਸੋਂ ਅਸੀਂ ਗੀਤਾ ਦੇ ਅਰਥ ਕਰਵਾ ਸਕਦੇ ਹਾਂ। ਤਾਂ ਪੰਡਿਤ ਕਹਿਣ ਲੱਗਾ, ਠੀਕ ਹੈ ਮਹਾਰਾਜ, ਜਿਵੇਂ ਤੁਸੀਂ ਕਹੋ। ਨਗਰ ਦੇ ਵਿੱਚ ਗਿਆ, ਇੱਕ ਐਸੇ ਮਨੁੱਖ ਨੂੰ ਪਕੜ ਕੇ ਲਿਆਇਆ ਜਿਸ ਨੂੰ ਆਪਣੇ ਸਰੀਰ ਦੀ ਸੁੱਧ ਨਹੀਂ ਸੀ, ਮੈਲੇ ਕੁਚਾਲੇ ਕੱਪੜੇ, ਲੋਕਾਂ ਦੇ ਘਰਾਂ ਦੇ ਵਿੱਚ ਪਾਣੀ ਭਰ ਕੇ ਆਪਣਾ ਗੁਜ਼ਾਰਾ ਕਰਦਾ ਸੀ, ਸਰੀਰ ਕਰਕੇ ਵੀ ਸੁੱਧ ਬੁੱਧ ਬਹੁਤੀ ਨਹੀਂ ਸੀ ਅਤੇ ਜ਼ਬਾਨ ਤੋਂ ਗੂੰਗਾ ਅਤੇ ਕੰਨਾਂ ਤੋਂ ਬੋਲਾ ਸੀ। ਸਤਿਗੁਰਾਂ ਦੇ ਸਨਮੁਖ ਲਿਆ ਕੇ ਖੜ੍ਹਾ ਕਰ ਦਿੱਤਾ ਅਤੇ ਕਹਿਣ ਲੱਗਾ, ਮਹਾਰਾਜ ਇਸ ਪਾਸੋਂ ਮੇਰੇ ਸਵਾਲਾਂ ਦਾ ਜਵਾਬ ਤੇ ਕੀਤਾ ਦੇ ਅਰਥ ਕਰਵਾਵੋ। ਸਤਿਗੁਰੂ ਪਾਤਸ਼ਾਹ ਮਹਾਰਾਜ ਦੇਖ ਕੇ ਮੁਸ਼ਕਿਲ ਕਰਾਏ ਕਿ ਪੰਡਿਤ ਚਲਾਕੀ ਕਰ ਰਿਹਾ ਹੈ। ਤਾਂ ਸਤਿਗੁਰੂ ਪਾਤਸ਼ਾਹ ਮਹਾਰਾਜ ਨੇ ਸਿੱਖਾਂ ਨੂੰ ਕਿਹਾ, ਜਾਓ ਭਾਈ ਸਾਹਮਣੇ ਜੋ ਛੱਪੜੀ ਦੇ ਵਿੱਚ ਪਾਣੀ ਰੁਕਿਆ, ਉਸ ਛੱਪੜੀ ਦੇ ਵਿੱਚ ਸ਼ਿਸ਼ ਨੂੰ ਇਸ਼ਨਾਨ ਕਰਾਓ। ਇਸ਼ਨਾਨ ਕਰਾਇਆ ਗਿਆ, ਸਾਫ਼ ਸੁਥਰੇ ਵਸਤਰ ਪਹਿਨਾਏ ਗਏ। ਇੱਕ ਪਾਸੇ ਗੁਰੂ ਦੀਆਂ ਸਿੱਖ ਸੰਗਤਾਂ ਬੈਠ ਗਈਆਂ, ਇੱਕ ਪਾਸੇ ਲਾਲ ਚੰਦ ਪੰਡਿਤ ਬੈਠ ਗਿਆ, ਸਨਮੁਖ ਸਤਿਗੁਰ ਪਾਤਸ਼ਾਹ ਮਹਾਰਾਜ ਆ ਬੈਠੇ ਨੇ, ਇੱਕ ਪਾਸੇ ਛੱਜੂ ਨੂੰ ਬਿਠਾਉਣਾ ਕੀਤਾ। ਅਤੇ ਜਦੋਂ ਹੀ ਛੱਜੂ ਸਤਿਗੁਰਾਂ ਦੇ ਸਨਮੁਖ ਬੈਠਾ, ਨਮਸਕਾਰ ਕੀਤੀ, ਅਤੇ ਉਸ ਸਮੇਂ ਹੀ ਸਤਿਗੁਰ ਪਾਤਸ਼ਾਹ ਮਹਾਰਾਜ ਨੇ ਪੰਡਿਤ ਨੂੰ ਕਹਿਣਾ ਕੀ ਕੀਤਾ ਕਿ ਆਪ ਗੀਤਾ ਦਾ ਸਲੋਕ ਉਚਾਰਨ ਕਰੋ, ਤੁਹਾਡੇ ਹਰ ਸਵਾਲ ਦਾ ਜਵਾਬ ਅਤੇ ਗੀਤਾ ਦੇ ਅਰਥ ਇਹ ਛੱਜੂ ਕਰੇਗਾ। ਪੰਡਿਤ ਕਹਿਣ ਲੱਗਾ ਕਿ ਮਹਾਰਾਜ ਇਸ ਦੇ ਇਨਸਾਨ ਦੇ ਵੱਸ ਦੀ ਗੱਲ ਨਹੀਂ। ਇੱਕ ਵਾਰੀ, ਦੋ ਵਾਰੀ, ਤਿੰਨ ਵਾਰੀ ਉਸ ਨੇ ਇਸ ਗੱਲ ਨੂੰ ਦੁਹਰਾਇਆ ਕਿ ਇਸ ਮਨੁੱਖ ਦੇ ਵੱਸ ਦੀ ਗੱਲ ਨਹੀਂ, ਮੇਰੇ ਸਨਮੁਖ ਤਾਂ ਵੱਡੇ ਵੱਡੇ ਵਿਦਵਾਨ ਨਹੀਂ ਟਿਕ ਸਕਦੇ, ਇਹ ਮਨੁੱਖ ਮੇਰੇ ਸਵਾਲਾਂ ਦਾ ਜਵਾਬ ਨਹੀਂ ਦੇ ਸਕਦਾ। ਸਤਿਗੁਰੂ ਗੁਰੂ ਹਰਕ੍ਰਿਸ਼ਨ ਸਾਹਿਬ ਮਹਾਰਾਜ ਜੀ ਕਹਿਣ ਲੱਗੇ, ਹੇ ਪੰਡਿਤ, ਇਹ ਗੁਰੂ ਨਾਨਕ ਪਾਤਸ਼ਾਹ ਮਹਾਰਾਜ ਦਾ ਦਰ ਘਰ ਹੈ,
तेरे हर सवाल का जवाब ते गीता दे अर्थ ये छजू करेगा। आप गीता का श्लोक उच्चारण करो। कहन लगा ठीक है महाराज, बच्चे हो ते बच्चों वाली जिद कर रहे हो। सतगुरु जी मेहर दे घर आए ते अपने हाथ की छड़ी उस छजू दे सिर दे उपर रखी। इधरों लाल चंद पंडित गीता का श्लोक उच्चारण करन लगा। जिदा ही पंडित ने श्लोक उच्चारण किया ऐसे दिव्य दृष्टि अर्थ छजू ने किते कि पंडित दे पैरां थलों जमीन निकल गई। कि एक तो ये झटपट ही छड़ी रखदिया सार बोलन लग गए है, दूसरा कि ये ऐसे दिव्य दृष्टि अर्थ कर रहे हैं अज तक मैं वड्डे वड्डे विद्वानां नूं हरा के ऐसे अर्थ नहीं कर सकिया जिहड़े ये छजू कर रहे हैं। अगला श्लोक उस पासों बोलिया नहीं गया, अगलिया पंक्तियां पिछे पिछलियाँ अगे रखन बोलन लगा। तो उस समय छजू ने रोक के कहा पंडित जी इतने विद्वान वड्डे हो करके गीता की बाणी गलत पढ़ रहे हो, यदा उच्चारण इदा नहीं इदा है। तो उस समय पंडित का माण अहंकार टुट गया तो सतगुरना चरणा टह पिया तो कह लगा महाराज मैं आप जी बालक जान के अवग्या कर बैठा हाँ, कृपा करो मेरी भुल बख्श देवो तो मैनू भी अपने सिख बना करो। सतगुरु पातशाह महाराज ने उपदेश दिता कि भाई तू अपने धर्म में रह के अपने धर्म की पालना कर पर विद्या करके अहंकार ना कर, क्योंकि बाणी में आता है कि हर जू अहंकार ना पावई वेद कूक सुनावै। इसलिए वेदा ने भी कूक कूक के कहा कि विद्या का अहंकार नहीं करना, विद्या तो अपनी जीवन की शैली उवारना होंदा ना कि अहंकार करना होंदा। तो उस समय महाराज के चरणों पर टह के कह लगा नहीं महाराज मेरी निशा हो गई है, मेरी तसली हो गई है कि मैनू मेरी भुल बख्श देवो तो मैनू अपना सिख बना लवो। तो सतगुरु पातशाह महाराज ने अपना चरनामत जर दिता तो अपना सिख बनाया। फिर ये लाल चंद पंडित इस इलाके दे विच सिखी का प्रचार करता करता कलगीधर पातशाह महाराज के समय आनंदपुर साहब पहुँचा। उस जगह पर सतगुरों के पासों जदों 1699 की विसाखी को अमृत बाटा तैयार होया उस दे विच इस लाल चंद ने अमृत छकिया लाल चंद तो लाल सिंह बन करके। तो जदों जंगा युद्धां का समा आया चमकौर की गढ़ी वड्डे साहबजादियां दे नाल ये भाई लाल सिंह दे नाम दे नाल शहीद होया। तो साध संगत यह पावन अस्थान गुरद्वारा श्री पंजोखरा साहिब जो सामने तुसी सरोवर साहब देख रहे हो इस सरोवर दे विच अज भी आण के गूंगे बोले तोतले बच्चे इशनान करते ने ते गुरु साहिबां दे पासों कन्नां दी सुनन दी दात अते बोलन दी दात प्राप्त करके अपने जीवन सफल करते ने। ते सतगुरु पातशाह महाराज जी ने फिर इस अमृत सरोवर का नाम गुरु सर सरोवर रखिया ते नाल वरदान दिता कि जेड़ा भी इस सरोवर दे विच इशनान करेगा उहदे सर प्रकार के दुख दूर होणगे ते उहनां दा जीवन सफल होवेगा। ते जेड़ा सतगुरु पातशाह महाराज दे जदों गुरबाना हो लगे तां सतगुरु संगतां दी पास बेनती कीती कि महाराज तुसीं दिल्ली नूं जा रहे हो ते तुहाडे दर्शनां दी इच्छा होवे ते किवें होवेगी। तां सतगुरु पातशाह महाराज पालकी तों उठे उतरे ते उतर करके एक रेत दी टिब्बी बनाई, रेत दी टिब्बी बना के निशान लगाया ते निशान लगा के सतगुरु जी कहन लगे इस टिब्बी दे पास जो भी अरदास करोगे जो भी अर्पण करोगे वह सानू दरगाह प्रवान होवेगा ते तुहाडियां मन दियां भावनावां पूर्ण होणगियां, जो अरदास तुसीं करोगे तुहाडी अरदास पूरी होवेगी। तो साध संगत अज भी इत्थे ये महान कौतक वरत रहे ने, अनेकां बच्चे गूंगे बोले तोतले इत्थों जबाना अते कन्नां दी दात प्राप्त करके अते बोलण दी दात प्राप्त करके अपने जीवन नूं सफल बनाउंदे ने। ये पावन अस्थान श्रोमणी गुरुद्वारा प्रबंधक कमेटी श्री अमृतसर साहिब दी अधीन है। इस पावन अस्थान ते 24 घंटे गुरु का लंगर चलता है। संगतां वास्ते इत्थे बहुत सुंदर दो मंजिली सरां बनी हुई है। जदों भी आप संगतां इस इलाके विच आवो ते इत्थे रहण बसेरा लंगर पानी दा प्रबंध विशेष तौर पर किया जाता है। पावन अस्थान के मैनेजर साहब सरदार सुखदेव सिंह जी वालों, दास भाई बूटा सिंह जी हैड ग्रंथी गुरद्वारा पंजोखरा साहब वालों आप संगतान ज्यों आया धनवाद। वाहिगुरू जी का खालसा वाहिगुरू जी की।